ਹੋਰ ਸਾਥੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਸਮਾਜ ਦੇ ਬਾਰੇ ਸਮਾਜ ਦੇ ਪ੍ਰਤੀ ਉਹ ਕੀ ਸੋਚ ਰੱਖਦੇ ਨੇ ਹਲੋ ਸਰ ਤੁਹਾਡਾ ਨਾਮ ਰਜਿੰਦਰ ਸਿੰਘ ਗਰੇਵਾਲ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਬਰਨਾਲਾ ਪੰਜਾਬ ਜੀ ਕਿੰਨੇ ਸਾਲਾਂ ਤੋਂ ਸਰ ਤੁਸੀਂ ਇਸ ਡੇਰੇ ਸੱਚੇ ਸੌਦੇ ਨਾਲ ਜੁੜੇ ਹੋਏ ਹੋ ਅਸੀਂ 20 ਤੋਂ 25 ਸਾਲਾਂ ਤੋਂ ਜੁੜੇ ਹੋਏ ਆ ਮੈਂ ਇੱਥੇ ਇੱਕ ਸਟੂਡੈਂਟ ਵੀ ਰਿਹਾ ਇੱਥੇ ਮੈਂ ਪੜ੍ਹਦਾ ਰਿਹਾ ਪਹਿਲਾਂ ਇਸ ਸਕੂਲ ਦੇ ਵਿੱਚ ਵੀ ਜੋ ਵੀ ਕਹਿ ਰਿਹਾ ਜੋ ਚੈਨਲ ਨੇ ਭੜਕਾਊ ਸਭ ਕੁਝ ਬਕਾਊ ਇੱਥੇ ਮੀਡੀਆ ਸਾਰਾ ਕੁਝ ਹੈ ਜੋ ਗੁਰੂ ਜੀ ਨਾ ਇਸੇ ਥੇ ਨਾ ਹੈ ਨਾ ਹੋਗੇ ਕਭੀ ਵੀ ਜੋ ਗੁਰੂ ਜੀ ਨੇ ਕਾਰਿਆ ਕਹੇ ਹੈ ਅੱਛੇ ਕੀ ਹੈ ਉਹ ਚੈਨਲ ਵਾਲੇ ਕਿਉਂ ਨਹੀਂ ਦਿਖਾ ਰਹੇ ਹੈ ਜੋ ਵੀ ਮਾਨ ਪਤਾਪ ਲਾਈ ਕੇ ਕਾਰਿਆ ਕੀ ਹੈ ਜਾਂ ਜੋ ਵੀ ਵੈਸ਼ਾ ਕੇ ਲਾ ਕੇ ਜਾਂ ਪ੍ਰਸ਼ਾਦੀ ਕੀ ਗਈ ਹੈ ਜਾਂ ਸਫਾਈ ਬਿਆਨ ਕੀ ਗਏ ਹੈ ਜਾਂ ਕੋਈ ਵੀ ਗਰੀਬੋਂ ਦਾ ਇਲਾਜ ਕੀਆ ਗਿਆ ਹੈ ਜਾਂ ਉਸ ਭੁੱਖੇ ਪਿਆਸੇ ਉਹ ਖਾਣਾ ਦੀ ਗਿਆ ਉਹ ਚੈਨਲ ਕਿਉਂ ਨਹੀਂ ਦਿਖਾ ਰਹੇ ਹੈ ਜੋ ਵੀ ਚੈਨਲ ਹੈ ਜੋ ਗੁਰੂ ਜੀ ਕੇ ਖਿਲਾਫ ਦਿਖਾ ਰਹੇ ਉਹ ਸਭ ਬਕਾਊ ਹੈ ਜੋ ਵੀ ਚਾਹਤਾ ਹੈ ਵੀ ਡੇਰਾ ਸੱਚਾ ਸੌਦਾ ਕਿਆ ਹੈ ਔਰ ਗੁਰੂ ਜੀ ਕਿਆ ਹੈ ਉਹ ਵਹਾਂ ਪੇ ਆ ਕੇ ਖੁੱਲ੍ਹੀ ਕਿਤਾਬ ਹੈ ਡੇਰਾ ਸੱਚਾ ਸੌਦਾ ਉਹ ਕੋਈ ਵੀ ਜਾਣ ਸਕਦਾ ਹੈ ਕੋਈ ਵੀ ਦੇਖ ਸਕਦਾ ਹੈ ਔਰ ਪਹਿਲੇ ਵੀ ਗੁਰੂ ਜੀ ਸਾਸੰਗ ਮੇਂ ਫਰਮਾਤੇ ਥੇ ਵੀ ਕੋਈ ਵੀ ਡਰੱਗ ਮਾਫੀਆ ਗੈਂਗ ਮਾਫੀਆ ਕੋਈ ਵੀ ਹੈ ਗੁਰੂ ਜੀ ਕੋ ਪਹਿਲਾਂ ਹੀ ਬੋਲਤੇ ਥੇ ਵੀ ਜਬ ਆਪ ਕੋਈ ਵੀ ਡਰੱਗ ਛੜਾਏਂਗੇ ਕਿਸੇ ਕੇ ਖਿਲਾਫ ਤੋ ਹਮ ਆਪਕੇ ਯੇ ਕਰੇਂਗੇ ਆਪਕੇ ਯੇ ਤਸਵੀਰੇ ਡਾਲ ਦੇਂਗੇ ਗੁਰੂ ਜੀ ਕੋ ਸੰਗਤ ਨੇ ਬੋਲਾ ਗੁਰੂ ਜੀ ਕੋ ਵੀ ਬੋਲਤੇ ਗੁਰੂ ਜੀ ਆਪ ਯੇ ਨਾ ਬੋਲੋ ਗੁਰੂ ਜੀ ਕਹਤੇ ਹਮਨੇ ਤੋ ਸੱਚ ਹੀ ਬੋਲਣਾ ਹੈ ਸੱਚ ਹੀ ਬੋਲੇਂਗੇ ਜੋ ਵੀ ਹੋਗਾ ਦੇਖਾ ਜਾਏਗਾ ਔਰ ਗੁਰੂ ਜੀ ਵੀ ਹਮਾਰੇ ਗੁਰੂ ਜੀ ਸਰ ਆਜ ਸਮਾਜ ਕੋ ਜ਼ਰੂਰਤ ਹੈ ਬਾਬਾ ਰਾਮ ਰਹੀਮ ਜੀ ਕੀ ਮੈਡਮ ਆਜ ਤੋ ਬਾਬਾ ਰਾਮ ਰਹੀਮ ਜੀ ਕੀ ਜਿਤਨੀ ਜ਼ਰੂਰਤ ਕਹੀ ਜਾਏ ਉਤਨੀ ਕਮ ਹੈ ਕਿਉਂਕਿ ਪੰਜਾਬ ਮੇਂ ਤੋ ਬਹੁਤ ਜ਼ਿਆਦਾ ਡਰੱਗ ਬੜ ਚੁੱਕਾ ਹੈ ਔਰ ਜਬ ਗੁਰੂ ਜੀ ਥੇ ਔਰ ਪੰਜਾਬ ਮੇਂ ਵੀ ਸਤਸੰਗ ਹੋਤਾ ਥਾ ਬਹੁਤ ਜ਼ਿਆਦਾ ਕੇ ਕਰੀਬ ਨੌਜਵਾਨ ਔਰ ਬਜ਼ੁਰਗ ਵੀ ਗੁਰੂ ਜੀ ਕੇ ਸਤਸੰਗ ਸੁਣਨੇ ਕੇ ਲਈ ਆਤੇ ਥੇ ਔਰ ਉਸਮੇਂ ਸੇ ਬਹੁਤ ਜ਼ਿਆਦਾ ਨਸ਼ਾ ਸੋੜ ਕੇ ਜਾਤੇ ਥੇ ਔਰ ਗੁਰੂ ਜੀ ਨੇ ਇਹ ਵੀ ਬੋਲ ਰੱਖਾ ਥਾ ਵੀ ਜੋ ਵੀ ਨਸ਼ਾ ਸੋੜਨਾ ਚਾਹਤਾ ਹੈ ਔਰ ਆਸ਼ਰਮ ਮੇਂ ਆਏ 8 ਦਿਨ ਜਹਾਂ ਪਰ ਰੁਕੇ ਔਰ ਖਾਣਾ ਰਹਿਣਾ ਫ੍ਰੀ ਹੈ ਔਰ ਜੋ ਮੈਡੀਸਨ ਕੀ ਜ਼ਰੂਰਤ ਪੜੇਗੀ ਉਹ ਡੇਰੇ ਕੀ ਤੋਂ ਐਸੇ ਦੀ ਜਾਏਗੀ ਔਰ ਨਸ਼ਾ ਜਬ ਸੋੜ ਕੇ ਜਾਓਗੇ 8 ਦਿਨ ਉਸਕੇ ਪਾਸ ਨਹੀਂ ਜਾਣਾ ਨਸ਼ਾ ਕਰਨੇ ਵਾਲੇ ਕੇ ਉਸਕੇ ਬਾਅਦ ਆਪ ਜਹਾਂ ਵੀ ਰਹਿਣਾ ਰਹਿ ਸਕਤੇ ਹੈ ਔਰ ਗੁਰੂ ਜੀ ਇਹ ਸਿਖਾਤੇ ਹੈ ਵੀ 10 ਦਿਨ ਹੋਗੀ ਕਮਾਈ ਕੀ ਜਾਏ ਵਾਂ ਵੀ ਗੁਰੂ ਜੀ ਆਪ ਕਰਤੇ ਥੇ ਲੇਕਿਨ ਜੋ ਆਪ ਮੈਂ ਕਿਆ ਬੋਲੂ ਮੈਡਮ ਜੋ ਆਪ ਇੰਡੀਆ ਮੇਂ ਕਰਪਸ਼ਨ ਹੈ ਕਰਪਸ਼ਨ ਕੇ ਕਾਰਨ ਹਮ ਸਰਕਾਰ ਕੇ ਯਹੀ ਇੱਕ ਬੇਨਤੀ ਕਰਤੇ ਹੈ ਹਮਾਰੇ ਗੁਰੂ ਜੀ ਨਿਰਦੋਸ਼ ਹੈ ਔਰ ਹਮਾਰੇ ਗੁਰੂ ਜੀ ਕੋ ਨਿਆਂ ਦਿਆ ਜਾਏ ਔਰ ਜਲਦੀ ਤੋਂ ਜਲਦੀ ਹਮਾਰੇ ਗੁਰੂ ਜੀ ਹਮਾਰੇ ਬੀਚ ਮੇਂ ਹੋ ਥੈਂਕ ਯੂ ਮੈਡਮ ਤੋ ਇਹ ਤੇ ਹਮਾਰੇ ਸਾਥ ਪੰਜਾਬ ਸੇ ਇੱਕ ਨੌਜਵਾਨ ਜਿਨ੍ਹੋਂਨੇ ਪੰਜਾਬ ਮੇਂ ਨਸ਼ੇ ਕੀ ਬੜੀ ਸਮੱਸਿਆ ਕੋ ਹਮਾਰੇ ਸਾਥ ਉਜਾਗਰ ਕੀਆ ਹੈ ਕਿ ਜੋ ਨਸ਼ਾ ਹੈ ਵੋ ਬਹੁਤ ਬੜਤਾ ਜਾ ਰਿਹਾ ਹੈ ਔਰ ਕਹੀਂ ਨਾ ਕਹੀਂ ਬਾਬਾ ਰਾਮ ਰਹੀਮ ਜੀ ਨਸ਼ੇ ਕੋ ਰੋਕਨੇ ਕੇ ਲਈ ਉਨ੍ਹਾਂ ਮੁਹਿੰਮ ਚਲਾ ਰੱਖੀ ਥੀ ਜੋ ਕੋਈ ਵੀ ਨਸ਼ਾ ਛੋੜਨਾ ਚਾਹਤਾ ਹੈ ਵੋ ਡੇਰੇ ਮੇਂ ਆ ਸਕਤਾ ਹੈ ਆਜ ਦਿਨ ਯਹਾਂ